ਵੇਖੋ ਜੀ ਇਹਦਾ ਕੋਈ ਪੱਤਾ ਨਹੀਂ ਹੈਗਾ, ਇਕੱਲੇ ਕਿੰਨੂ ਹੀ ਕਿੰਨੂ ਨੇ। ਐਵੇਂ ਲੱਗਦਾ ਜੀ ਜਿਵੇਂ ਤਾਰੇ ਲੱਗੇ ਹੁੰਦੇ ਆ ਦਰੱਖਤ 'ਤੇ, ਅਤੇ ਬਹੁਤ ਵਧੀਆ ਲੱਗਦੇ ਆ ਉਹਨੇ। ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਕਿੰਨੂਆਂ ਦੇ ਬਾਗ 'ਚ ਆਏ ਹਾਂ। ਦੇ ਬਾਗ 'ਚ ਆਏ ਹਾਂ ਜੀ, ਅੱਜ ਆਪਾਂ ਦੇਖਦੇ ਹਾਂ ਵੀ ਕਿਵੇਂ ਕਟਿੰਗ ਹੁੰਦੀ ਹੈ ਇਹਨਾਂ ਦੀ। ਜੀਵਨ ਹੈ ਨੀ ਕੀ ਜਿੰਨੇ ਕੱਟੇ ਅਸੀਂ ਲੈ ਕੇ ਜਾਵਾਂਗੇ। ਕਿਹੜਾ ਪੁੱਛਾ
ਗੋਡੀ ਕਰਨੀ ਥੱਲੇ ਜੀ ਅੱਜ ਕੀ ਕੰਮ ਕੀਤਾ ਓਹਦਾ ਓਹਦੇ ਬਾਰੇ ਦੱਸੀ ਦੱਸ ਲਿਓ ਵੀ ਕੀ ਕਰ ਰਹੇ ਗੋਡੀ ਪਾਉਣੀ ਨਾ ਜੀ ਇਹਨਾਂ 'ਚ ਮੈਂ ਰੇਹ ਛਿੱਟਣੀ ਹੈ ਜੀ ਹੁਣ ਬੂਝਿਆਂ ਦੀ ਸਫਾਈ ਕਰੀ ਹੈ ਜੀ ਪਹਿਲਾਂ ਕਟਾਈ ਕਰੀ ਹੈ ਬਾਗ ਦੀ ਜੀ ਕੰਮ ਬਹੁਤ ਜ਼ਿਆਦਾ ਕਰਿਆ ਜੀ ਬਹੁਤ ਮਿਹਨਤ ਹੁੰਦੀ ਹਾਂ ਸਪਰੇਹਾਂ ਹੁੰਦੀਆਂ ਜਿਹਦੇ 'ਤੇ ਬਹੁਤ ਸਾਲ ਭਰ ਪੂਰੀ ਮਿਹਨਤ ਕਰਨੀ ਪੈਂਦੀ ਹੈ ਜੀ ਸਾਲ ਭਰ ਜੀ ਹਾਂ ਦਾਣੇ ਦਾਣੇ ਤੇ ਮੋਹ ਲੱਗੀ ਆਪਣੀ ਜਿੱਥੇ ਪੰਨ ਪਾਣੀ ਖਾਣਾ ਹੈ ਚੁਗਣਾ ਜੀ ਸਿੱਖੜੀ ਫੋਟੋ ਬਹੁਤ ਲੈਂਦੇ ਨੇ ਕਿਉਂ ਦਾਣਾ ਬੜਾ ਪੂਰਾ ਹੁੰਦਾ ਸਾਡੇ ਉਦੋਂ ਚੋਲੇ ਲੱਗੇ ਹੁੰਦੇ ਨਿੰਗਾ ਵਾਲੇ